है कि किसान भाई बड़े दुखी ने, धरने च बैठे ने, उन्हों का ये चोरों ने फायदा उठाया जेडे कि खेतों च रात को जाके जो ड्राफर तेल पैंदा उहदा तेल कढ़िया इन्होंने चोरों ने। तकरीबन उन्हां मोटरां ते जांदे सी जिथे इन्हां नूं पता लगता सी वी इह बंदे इत्थे नहीं आ सकदे यार, घट आउंदे रात नूं जां इन्हां दा फीडर बंद है। अज्ज उतों 8 लगभग जी का केन है जिदे विच तेल पा के पा लैंदे, लिया के फिर अगे उन्हूं सप्लाई कर देंदे ने। एवन पंजाबी निडर निरपक्ष नवी सोच, मैं थोड़ा दोस्त सोम सहोता तो लैके हाजिर है करंट इशू। करंट इशू लई चलदे आं दिड़वा। दोस्तों बड़ी वड्डी खबर आ रही है दिड़वा तो कि एक परिवार के उपर चोरी के इल्ज़ाम लग रहे हैं, और एक परिवार के उपर जो चोरी के इल्ज़ाम लग रहे तो उस वेला माहौल जिहड़ा वो आपे चो बाहर हो गया, और हर एक दे चेहरे जिहड़े गुस्से दे नाल लाल लाल नज़र आउण लगे। आखिर किहड़े इल्ज़ाम लगे ने और की कारण है कि उन्हां दे उपर ही इल्ज़ाम लगे ने, पूरी खबर की जानकारी देने वास्ते मेरे नाल दिड़वा तो गुलजार मल्ली जी जुड़ चुके ने, उन्हां तो अपडेट लैंदे आ। मल्ली साहब की अपडेट है इस खबर नूं लैके? जी सोता जी, इह दिड़वा दा मामला है। दिड़वा दे ना पिंड दे विच कुछ महला वासियां ने आपदे गवांढी दे घर जिहड़े कि काफी दिनां तों गौर रख रहे सी, जिहड़े कि चोरी दीआं वारदातां नूं अंजाम दे रहे सी जी, ते लेकिन कल ਉਹਨਾਂ ਦੇ ਮਤਲਬ ਗੱਡੀ ਦੇ ਵਿੱਚ ਉਹਨਾਂ ਨੇ ਜਿਹੜੇ ਤੇਲ ਵਾਲੇ ਖਾਲੀ ਡਰੰਮ ਉਤਾਰਦੇ ਦੇਖੇ, ਜਦੋਂ ਉਹਨਾਂ ਦੇ ਡਰੰਮ ਚੈੱਕ ਕੀਤੇ ਤਾਂ ਉਹਨਾਂ ਦੇ ਵਿੱਚੋਂ ਬਿਜਲੀ ਦੇ ਤੇਲ ਵਿੱਚ ਜਾਨੀ ਕਿ ਲਿਪਟ ਪਾਏ ਪਏ ਗਏ ਜੀ। ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਕਾਫੀ ਦੇਰ ਤੋਂ ਇਹਨਾਂ ਦੀ ਭਾਲ ਕਰ ਰਹੇ ਸੀ ਕਿ ਸਾਡੇ ਟ੍ਰਾਂਸਫਾਰਮਰ ਦੇ ਵਿੱਚੋਂ ਜਿਹੜੇ ਤੇਲ ਚੋਰੀ ਕਰਕੇ ਉਹਨਾਂ ਨੂੰ ਵੇਚਦੇ ਸੀ, ਇਹ ਸਾਡਾ ਤਾਂ ਜਿਹੜਾ ਨੁਕਸਾਨ ਹੁੰਦਾ ਹੀ ਹੁੰਦਾ ਜੀ, ਲੇਕਿਨ ਇਹ ਬਿਜਲੀ ਬੋਰਡ ਦਾ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕਰਦੇ ਸੀ, ਜਿਹਨਾਂ ਨੂੰ ਕਿ ਅਸੀਂ ਅੱਜ ਇਹਨਾਂ ਨੂੰ ਡਰੰਮਾਂ ਨੂੰ ਉਤਾਰਦੇ ਹੋਏ ਰੰਗੇ ਹੱਥੀ ਘਰ ਲਾਉਂਦੇ ਹੋਏ ਫੜਿਆ ਜੀ। ਮੱਲੀ ਸਾਹਿਬ, ਸਿਰਫ ਉਹਦੇ ਵਿੱਚੋਂ ਤੇਲ ਕੱਢਦੇ ਸੀ ਜਾਂ ਟ੍ਰਾਂਸਫਾਰਮ ਜਿਹੜੇ ਲੱਗੇ ਹੋਏ ਸੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਉਂਦੇ ਸੀ ਜੀ? ਸੋਤਾ ਜੀ, ਇਹ ਤੇਲ ਹੀ ਬਹੁਤ ਕੀਮਤੀ ਹੈ ਜਿਹੜਾ ਇਹ ਬਿਜਲੀ ਦਾ ਬੋਰਡ ਚ ਆਉਂਦਾ, ਇਹ ਤੇਲ ਕੱਢ ਕੇ ਹੀ ਫਿਲਹਾਲ ਉਸ ਨੂੰ ਅੱਗੇ ਵੇਚਦੇ ਸੀ ਤੇ ਸਪਲਾਈ ਕਰਦੇ ਸੀ, ਜਾਨੀ ਕਿ ਤੇਲ ਬਹੁਤ ਮਹਿੰਗੇ ਭਾਅ ਤੇ ਵਿਕਦਾ ਹੈ। ਤੇ ਮਾਹੌਲ ਕਿਸ ਤਰ੍ਹਾਂ ਫਿਰ ਹੋਇਆ ਆਪੇ ਚੋਂ ਬਾਹਰ? ਮਾਹੌਲ ਸਰ, ਜਿਹਨੇ ਜਿਹੜੇ ਜਿਹੜੇ ਲੋਕਾਂ ਦਾ ਜਾਨੀ ਕਿ ਟ੍ਰਾਂਸਫਾਰਮ ਦੇ ਵਿੱਚੋਂ ਤੇਲ ਚੋਰੀ ਹੋਇਆ ਸੀ, ਉਹ ਜਾਨੀ ਕਿ ਜਦੋਂ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਗਵਾਂਢ ਦੇ ਵਿੱਚ ਹੀ ਜਿਹੜੇ ਤੇਲ ਚੋਰੀ ਕਰਨ ਵਾਲੇ ਰਹਿੰਦੇ ਹਨ, ਜਦੋਂ ਉਹਨਾਂ ਨੇ ਉਹਨਾਂ ਨੂੰ ਰੰਗੇ ਹੱਥੀ ਫੜਿਆ ਤਾਂ ਉਹਨਾਂ ਦਾ ਮਾਹੌਲ ਬਹੁਤ ਸੀ ਦੇਖਣ ਵਾਲਾ ਸੀ, ਲੇਕਿਨ ਉਹਨਾਂ ਨੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਅਤੇ ਬਿਜਲੀ ਬੋਰਡ ਦੇ ਜੇਈ ਨੂੰ ਵੀ ਬੁਲਾਇਆ, ਜਿੱਥੇ ਆ ਕੇ ਕਿ ਜੇਈ ਨੇ ਵੀ ਵੈਰੀਫਾਈ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਨੇ ਵੀ ਆ ਕੇ ਦੇਖਿਆ, ਲੇਕਿਨ ਜਦੋਂ ਪੁਲਿਸ ਪ੍ਰਸ਼ਾਸਨ ਨੇ ਦੇਖਿਆ ਤਾਂ ਜਿਹੜੇ ਉਹ ਤੇਲ ਸੀ ਉਹ ਡਰੰਮਾਂ ਦੇ ਵਿੱਚ ਨਹੀਂ ਸੀ, ਪਰ ਉਹ ਤੇਲ ਜਿਹੜੇ ਸੀ ਬਿਜਲੀ ਵਾਲੇ ਤੇਲ ਨਾਲ ਲਿਬੜੇ ਹੋਏ ਸੀ ਜੀ। ਇਸ ਸੰਬੰਧ ਵਿੱਚ ਕਿਸੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ? ਸੋਤਾ ਜੀ, ਉਹਨਾਂ ਦੇ ਪਰਿਵਾਰ ਨਾਲ ਵੀ ਗੱਲਬਾਤ ਹੋਈ ਹੈ, ਸਾਰੀ ਹੋਈ ਹੈ, ਲੇਕਿਨ ਪਰਿਵਾਰ ਵਾਲੇ ਤਾਂ ਇਸ ਦੋਸ਼ ਨੂੰ ਨਕਾਰਦੇ ਨੇ, ਲੇਕਿਨ ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਤੇਲ ਕੱਢ ਕੇ ਅੱਗੇ ਸਪਲਾਈ ਕਰਦੇ ਸੀ, ਲੇਕਿਨ ਅੱਜ ਵੀ ਇਹ ਜਿਹੜਾ ਤੇਲ ਕਿਤੇ ਨਾ ਕਿਤੇ ਵੇਚ ਕੇ ਆਏ ਸੀ, ਅਤੇ ਉਸ ਤੋਂ ਬਾਅਦ ਜਦੋਂ ਇਹ ਘਰ ਆਏ ਖਾਲੀ ਡਰੰਮ ਉਤਾਰ ਰਹੇ ਸੀ, ਪਰ ਸਾਨੂੰ ਇਹ ਸੂਚਨਾ ਸੀ ਕਿ ਡਰੰਮਾਂ ਵਿੱਚ ਤੇਲ ਹੈ, ਲੇਕਿਨ ਡਰੰਮ ਉਸ ਵਕਤ ਸਾਨੂੰ ਖਾਲੀ ਪਾਏ ਗਏ ਜੀ। ਮੱਲੀ ਸਾਹਿਬ ਬਹੁਤ ਬਹੁਤ ਮਿਹਰਬਾਨੀ, ਤੁਸੀਂ ਜਾਣਕਾਰੀ ਦਿੱਤੀ ਆ। ਦੋਸਤੋ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਮਾਹੌਲ ਉਸ ਵੇਲਾ ਤਣਾਅ ਪੂਰਨ ਹੋ ਗਿਆ ਜਦੋਂ ਇੱਕ ਮਤਲਬ ਪੜੋਸੀਆਂ ਵੱਲੋਂ ਇੱਕ ਪੜੋਸੀ ਦੇ ਉੱਪਰ ਚੋਰੀ ਕਰਨ ਦੇ ਇਲਜ਼ਾਮ ਲਗਾਏ ਨੇ, ਔਰ ਟ੍ਰਾਂਸਫਾਰਮ ਦੇ ਵਿੱਚੋਂ ਤੇਲ ਕੱਢ ਕੇ ਵੇਚਣ ਦੇ ਇਲਜ਼ਾਮ ਜਿਹੜੇ ਆ ਉਹਨਾਂ ਨੇ ਲਗਾਏ ਹੋਏ ਨੇ। ਇਸ ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਇਹ ਹੈ ਕਿ ਕਿਸਾਨ ਭਾਈ ਬੜੇ ਦੁਖੀ ਨੇ, ਧਰਨੇ 'ਚ ਬੈਠੇ ਨੇ, ਉਹਨਾਂ ਦਾ ਇਹ ਚੋਰਾਂ ਨੇ ਫਾਇਦਾ ਉਠਾਇਆ ਜਿਹੜੇ ਕਿ ਖੇਤਾਂ 'ਚ ਰਾਤ ਨੂੰ ਜਾ ਕੇ ਜਿਹੜਾ ਡਰਾਫਰਮ ਤੇਲ ਪੈਂਦਾ ਉਹਦਾ ਤੇਲ ਕੱਢਿਆ ਇਹਨਾਂ ਨੇ ਚੋਰਾਂ ਨੇ। ਮੈਨੂੰ ਕਿਸੇ MC ਸਾਹਿਬਾਨ ਨੇ ਫੋਨ ਕੀਤਾ ਕਿ ਪ੍ਰਧਾਨ ਜੀ ਤੁਸੀਂ 2 ਮਿੰਟਾਂ 'ਚ ਕਮਲਪੁਰ ਰੋਡ 'ਤੇ ਪਹੁੰਚੋ, ਵੀ ਸਾਨੂੰ ਸ਼ੱਕ ਹੈ ਗੱਡੀ ਖੜ੍ਹੀ ਹੈ ਉੱਥੇ। ਮੈਂ 2 ਮਿੰਟਾਂ ਦੇ ਵਿੱਚ ਰੋਟੀ ਵੀ ਛੱਡਿਆ, ਮੈਂ 2 ਮਿੰਟਾਂ 'ਚ ਉਰੇ ਪਹੁੰਚ ਗਿਆ। ਤੋ ਪੁਲਿਸ ਤੋਂ ਪਹਿਲੀ ਅਸੀਂ ਘਰ ਦੀ ਅਸੀਂ ਕਰੀ ਤੱਲੀ ਤਾਂ ਉੱਥੋਂ ਸਾਨੂੰ ਇਹ ਡਰੰਮ ਨਿਕਲੇ। ਸਾਡੇ MC ਸਾਹਿਬਾਨ ਵੀ ਹੋ ਕੇ ਸਾਰੇ ਇਕੱਠੇ, ਮੈਂ ਪੰਜਾਬ ਦੇ ਸਾਰਿਆਂ ਨੂੰ ਫੋਨ ਕੀਤਾ ਕਿ ਮੈਂ MC ਆਓ ਆਪਾਂ ਦੇਖੀਏ। ਅਸੀਂ ਇਨਕੁਆਇਰੀ ਕਰੀ ਪਬਲਿਕ ਦਾ ਸਾਥ ਲੈ ਕੇ, ਪਬਲਿਕ ਨੇ ਬੜਾ ਸਾਥ ਦਿੱਤਾ, ਅਸੀਂ ਨੇ ਜਿਹੜਾ ਕਿ ਚੋਰ ਦਾ ਸਮਾਨ ਚੱਕ ਲਿਆ। ਕੀ ਕੁਛ ਬਰਾਮਦ? ਉੱਥੋਂ 8 ਲਗਭਗ ਜੀ ਦਾ ਕੇਨ ਹੈ ਜਿਹਦੇ ਵਿੱਚ ਤੇਲ ਪਾ ਕੇ ਪਾ ਲੈਂਦੇ ਨੇ, ਲਿਆ ਕੇ ਫਿਰ ਅੱਗੇ ਉਹਨੂੰ ਸਪਲਾਈ ਕਰ ਦਿੰਦੇ ਨੇ, ਉਹ ਅਸੀਂ ਨੇ ਫੜ ਲਏ ਜਿਹੜੇ ਚੋਰ ਨਾਲ ਭੱਜ ਗਏ। ਕਿੰਨੇ ਲੀਟਰ 50 ਲੀਟਰ ਦੀ ਇੱਕ ਕੇਨ ਹੈ, ਜਿਹੜੇ ਕਿ ਕਿਸਾਨ ਵੀਰ ਮੇਰੇ ਬਹੁਤ ਕਾਫੀ
परेशान थे काफ़ी। तो असी एक पिछे जे एक हफ्ता 15 दिन पहला किसान मेरे वीर ने खेत के एक ग्रोह पहला जोड़ा तार चोरी करता सी वह भी ग्रोह फड़िया थी असी ने नहीं। पुलिस का कम यह है पब्लिक नूं पुलिस नालों वध पता हुंदा क्योंकि वो चोर च जो किसी की चोरी हो जाती है तो वह निगाह आप निगरानी नहीं रखता भी चोरी किवें होऊ चोर नूं दमोचांगे। असी जिहड़े किसान वीर ने यह पूरे कई दिनों तो लगे थे भी जिहड़ा चोर है उन्हूं असी दमोचांगे वह अज असी ने दमोच लिया। ये लगभग महीने तो इस एरिए दे अंदर मेरे को कई फीडर ने इतने जिहड़े भी चलते जिन्हों का तेल चोरों द्वारा अणफियाते व्यक्ति से जोड़े कि अब मलूम हो रहे हैं मे बी हो सारे ट्रैफर के बच्चों एको हथ से इन्हों चोरी कर सुच कटते फ्यूज तोड़ के उपरों एच डी का पछपट के ये तेल कढ़ते रहे तो ट्रैफर खाली कर रहे हैं डैमेज कर रहे हैं कई ट्रैफर बच गए पावर कॉम का नुकसान होया किसाना नुकसान होया पिछों भी तेल डिपार्टमेंट को कोरोना करके उपलब्ध नहीं है किसान आप मुल लैके तेल पा रहे हैं तो बड़ी परेशानी हो रही है। ये तेल साड़िया मोटर दो बारी कढ़िया जी इन्होंने तकरीबन उन्होंने मोटर से जाते थे जिते इन्हों पता लगता सी ये बंदे इतने नहीं आ सकते यार घट आ रात में या इन्हों का फीडर बंद है अज फीडर का पता रखते थे जब बारी नहीं सी होंगी फीडर की तो उतों जाके तेल कढ़ लेंदे थे साढ़े ट्रांसफार्म का दो बारी तेल निकलिया त्रेड का ट्रांसफार्म है अज तकरीबन असी किसान इतने दड़बे में आ रहे थे असी इस भाग से जब असी गड्डी के कोल की लंघन लगे तो गड्डी सीटां खोलिया हुई थी असी आला दुआला देखा तो तेल की रिबड़ी हुई थी तो उस तो बाद फिर थाने रिपोर्ट की बंदे साढ़े थाने जाने तक भज गए चार बंदे थे दो मोटरसाइकिल दो गड्डी बैठ के गए ने। ये सर अजे असं तफ्तीश कर रहे हैं अजे वैसे कुछ बरामदगी कोई नहीं हुई है तो ढोल खाली हुए ने अफसर गल चल रही है जिवें भी हुक्म करनगे की मामला की है ये कहें भी ये इन्हों के लोगों के दसण मुताबक है भी ये चोरी करते हैं तेल लेकिन तेल बरामद अजे नहीं होया जो बरामदगी होगी जैसी भी सूरत होगी हाँ पीपियां मिली ने अंदरों की लेकिन अजे दे आप कुछ कह नहीं सकते भी ये जी ने भी कादा तेल है ये बुला के एक्सपर्ट देखा जाएगा भी की चीज़ है। ये हुण तक की अपडेट नवीं ताज़ा खबरों लिए जुड़े रहो एवन पंजाबी टीवी के नाल। मैं अपने ये मोढ़िया से गोढ़िया तो बहुत दुखी सी मेरे लिए तो तुरना फिरना भी इन्ना औखा होया मैं दस भी नहीं सकता पर जब तो मैं फिर रिलीफ मिले 2.5-3 महीने इस्तेमाल करने तो बाद गोडे भी ओके मोढ़े भी ओके। जी तुसी भी किसी इस तरह की बीमारी तो परेशान हो तो बेझिझक होकर इस इस्तेमाल करो सिर्फ 2.5-3 महीने ये 125 बीमारियों तक का इलाज कर सकता है फिर रिलीफ हमेशा याद रखो। बस कुछ दिनों तो मैनू बालों की बड़ी समस्या सी मेरे बाल झड़ने शुरू हो गए सी मैनू मेरे दोस्त ने ऑयल फी रिलीफ वाले दस्या मैं ये तेल 3 महीने लाना अपने सिर पर अप्लाई किया ये बिल्कुल आयुर्वैदिक तेल है यदि कोई साइड इफेक्ट नहीं है तो मेरे बाल जोड़े गंजपन पैना शुरू हो गया से दोबारा आने लग गए तो मैं तो बड़ा फायदा दिता इसने जो थानू भी किसी इस तरह की प्रॉब्लम का सामना कर रहे हो तो यह तेल लाना ना भुलो। कितना कितनी असं अपने बालों करके शर्म फील करते हैं कितनी सोसायटी बैठे कि कोई मजाक ना कर रहा है पर थैंक्स टू फ्री रिलीफ जिन्हें मेरा एक कॉन्फिडेंस बिल्ड किया जिसे लगाने मैं मार्केट से बड़ा ही कॉन्फिडेंट हाँ और ये मैं बड़ा फायदा होया तो मैं सर्वाइकल की भी दिक्कत सी तो भी मैं बड़ा रिलीफ मिले ये यूज़ करो तो मैं प्रैक्टिकल यूज़ कर रहा।